हाँ जी, सत श्री अकाल सारिआं नूं, वेलकम बैक टू आर चैनल। सो फाइनली अज लैके आए न्यू वीडियो, तो सब तो पहला तो यही कहना कि प्लीज़ जो वीडियो चंगी लगती होंगी प्लीज़ सबसक्राइब जरूर कर लिया करो एंड लाइक शेयर भी कर दिया करो। तो अज जिदा तुहानूं कहा सी कि असी अपनी कार की वीडियो करांगे, तो फाइनली अज असी अपनी कार बारे सारा दसांगे, कार नूं दिखावांगे। ये हैगी साडी कार, सो ये टोयोटा कैमरी आ, जिहड़े तां जे पता होणा तुहानूं, तो रब वालों ही सानू नंबर प्लेट भी WMG मिली है वाहेगुरु करे। असी सब तो पहला यही दे वाल ध्यान गया सीगा। तो ये साडी कार आ कैमरी आ, ये कैमरी 2015 मॉडल आ। हाँ जी, ये वॉन विबरा तो ही लई सी, जिदा कि नंबर प्लेट ते तुहानूं दस्सिया होणा कि वॉन विबरा दे आटो ग्रुप वालियां तो ही लई सी। हाँ जी, इत्थे ज्यादातर हाँ जी काफी फेमस हैगे, उहनां दे चार पंज इदां मतलब हैगे आ, हैना, लोकेशन सही आ। हाँ, लोकेशन अपनी कार भी दे दी सानू कि अज आउटलैंडर लैके आ जानी आ, बट उत्थे जाके सानू पसंद नहीं आई, फिर सोचा कि इन्ने पैसे भी खर्चने आ, फिर ना पसंद भी नहीं हैगी, फिर असी वह कैंसल करता, फिर सब तो कार नहीं सी। फिर उस दिन तो लैके असी 2 वीक विदाउट कार दी ट्रेन ते घूमते, बहुत हार्ड लगता सीगा उदो। तो फिर आफ्टर 2 वीक सानू एक कार मिली सी, फिर भी असी फेसबुक ते देखियां सी, किसी ने पूछा सीगा, बट नहीं, फिर क्योंकि उन्हां दी कोई गरंटी नहीं हुंदी हैगी, अज असी कार लै ली कल असी उन्हां नू कह नहीं सकदे हैगे, उह प्राइवेट ओनर, प्राइवेट ओनर नू कह नहीं सकदे। हां, इहदे विच सानू साल दी वारंटी मिली, कोई भी सानू प्रॉब्लम आंदी असी उन्हां दे उत्थे जाके उन्हां नू कह सकदे। मे बी फ्यूचर ਦੇ ਵਿੱਚ ਅਪਗ੍ਰੇਡ ਕਰਾਂਗੇ ਤਾਂ ਉਹ ਵੀ ਰੇਟ ਪੂਰਾ ਵਧੀਆ ਮਿਲਣਾ 1-2 ਹਜ਼ਾਰ ਦੇ ਉਦਾਂ, ਪਰ ਇਹਦਾ ਮਾਰਕੀਟ ਪ੍ਰਾਈਸ ਵਧੀਆ ਮਿਲ ਜਾਂਦਾ ਕੈਮਰੀ। ਹਾਂ, ਇਹ ਟੋਇਟਾ ਕੈਮਰੀ ਆ। ਸੋ ਇਹ ਰਹੀ ਕਾਰ, ਤੇ A1 ਕੰਡੀਸ਼ਨ ਆ, ਜਦੋਂ ਡੀਲਰ ਤੋਂ ਲੈਨੇ ਆ ਪੂਰੀ ਉਹ ਤਸੱਲੀ ਕਰਾ ਕੇ ਦਿੰਦੇ ਆ, ਟਾਇਰਸ ਬੈਟਰੀ ਸਰਵਿਸ ਸਾਰਾ ਕੁਝ A to Z ਹੁੰਦਾ ਆ, ਕੋਈ ਸਟੋਲਨ ਹਿਸਟਰੀ ਮੇਨ ਇਹ ਵੀ ਸਾਰੇ ਦੇਖਦੇ ਆ, ਸਾਰਿਆਂ ਨੇ ਜਦੋਂ ਵੀ ਕਾਰ ਬਾਏ ਕਰਨੀ ਆ ਉਹਦੀ ਫਸਟ ਆਫ ਆਲ ਰਾਈਟ ਆਫ ਹਿਸਟਰੀ ਦੇਖਣੀ ਆ। ਹਾਂਜੀ, ਕਿਉਂਕਿ ਕੁਈਨਸਲੈਂਡ ਦੇ ਵਿੱਚ ਰਾਈਟ ਆਫ ਜਿਹੜੀਆਂ ਗੱਡੀਆਂ ਹੁੰਦੀਆਂ ਰਿਪੇਅਰ ਕਰਕੇ ਉਹਨੂੰ ਰਜਿਸਟਰ ਕਰ ਦਿੰਦੇ ਆ, ਬਟ ਪਤਾ ਨਹੀਂ ਲੱਗਦਾ। ਸੋ ਇਹਦੇ 'ਤੇ ਕੋਈ ਰਾਈਟ ਆਫ ਹਿਸਟਰੀ ਨਹੀਂ ਹੈਗੀ ਆ, ਕੋਈ ਐਕਸੀਡੈਂਟ ਨਹੀਂ ਹੈਗਾ, ਕੋਈ ਹੇਲ ਡੈਮੇਜ ਨਹੀਂ ਹੈਗਾ, ਕੋਈ ਸਟੋਲਨ ਨਹੀਂ, ਕੋਈ ਲੋਨ ਨਹੀਂ ਸੀਗਾ। ਸੋ ਡੀਲਰ ਤੋਂ ਲੈਣੀ ਬੈਸਟ ਰਹਿੰਦੀ ਆ। ਹਾਂ, ਜ਼ਰੂਰ ਮਹਿੰਗੀ ਜ਼ਰੂਰ ਮਿਲਦੀ ਆ, $1,000-$2,000 $2,000 ਮਹਿੰਗੀ ਮਿਲੂਗੀ ਮਾਰਕੀਟ ਪ੍ਰਾਈਸ। ਸਾਰੇ ਕਹਿੰਦੇ ਕਿ ਹਾਂ ਮਹਿੰਗੀ ਮਿਲਦੀ ਆ, ਬਟ ਇਹਨਾਂ ਦੀ ਗਰੰਟੀ ਸੈਟੀਸਫੈਕਸ਼ਨ ਹੁੰਦੀ ਆ। ਹਾਂ, ਕੋਈ ਟੈਨਸ਼ਨ ਨਹੀਂ ਹੁੰਦੀ ਇਸ ਤੋਂ ਬਾਅਦ। ਸੋ ਸਾਲ ਬਾਅਦ ਵੀ, ਸਾਲ 'ਚ ਕੁਝ ਵੀ ਹੁੰਦਾ ਆ, ਸਾਲ ਬਾਅਦ ਅਸੀਂ ਉਹਨਾਂ ਨੂੰ ਕਹਿ ਸਕਦੇ ਜਾ ਕੇ। ਹਾਂ, ਇੱਕ ਉਹਦੇ ਵਿੱਚ ਥੋੜਾ ਜਿਹਾ ਡੋਰ ਹੈਂਡਲ ਦੇ ਵਿੱਚ ਸੀਗਾ ਤੇ ਅਸੀਂ ਉਹਨੂੰ ਦਿਖਾ ਕੇ ਆਏ ਸੀਗੇ ਤਾਂ ਉਹ ਚੇਂਜ ਕਰਵਾ ਲਿਆ ਸੀਗਾ ਆਪਾਂ। ਮੀਨਸ ਕਿ ਉਹ ਕਰ ਦਿੰਦੇ ਆ, ਇਹ ਨਹੀਂ ਹੈਗਾ ਕਿ ਕਹਿੰਦੇ ਹੀ ਆ। ਹਾਂ, ਜੋ ਵੀ ਉੱਥੇ ਦੇਖ ਲਓ। ਹਾਂ, ਉਹਨਾਂ ਨੇ ਬਾਕੀ, ਹਾਂ, ਇਹ ਕਾਰ ਤਾਂ ਬਾਈ ਕੀਤੀ ਸੀਗੀ ਕਿ ਫਿਊਚਰ ਦੇ ਵਿੱਚ ਉਬਰ ਵਾਸਤੇ ਚਲਾਉਣੀ ਸੀਗੀ, ਐਂਡ GST ਵਗੈਰਾ ਇਹਦੀਆਂ ਪੇ ਕਰਕੇ ਅਸੀਂ ਜਿੱਦਾਂ ਬਿੱਲ ਵਗੈਰਾ ਹੈਗੇ ਨਾ ਉਹ ਸਾਨੂੰ ਜਦੋਂ ਆਪਾਂ ਟੈਕਸ ਪੇ ਕਰਨਾ ਉਹਦਾ ਵੀ ਸਾਨੂੰ ਇਹਦਾ ਫਾਇਦਾ ਹੋ ਜਾਂਦਾ। ਹਾਂ, ਉਹਦਾ ਵੀ ਰੀਫੰਡ ਹੋ ਜਾਣਾ। ਸੋ ਕਾਰ ਦਿਖਾਉਂਦੇ ਆ, ਫਰੰਟ ਸਾਈਡ ਤੋਂ ਦੇਖ ਲਈ ਆ, ਤੇ ਵਿੰਡੋ ਟਿੰਟ ਇੰਨੀ ਲੀਗਲ ਹੁੰਦੀ ਹੈ, 35% ਆ। ਹਾਂ, ਤੇ ਇਹਦੇ ਨਾਲ ਬਿੱਲ ਆ, ਜੇ ਕੋਈ ਕਹਿੰਦੇ ਸੀਗੇ ਕਿ ਕੋਈ ਵੀ ਇਹਦਾ ਇੱਦਾਂ ਟਿਕਟ ਆਊਗੀ ਤਾਂ ਤੁਸੀਂ ਕਹਿ ਸਕਦੇ। ਇਹ ਆ ਬੈਕ ਸਾਈਡ, ਤੇ ਬਾਕੀ ਉਹ ਤਾਂ ਬਹੁਤ ਕੁਝ ਕਹਿੰਦੇ ਹੁੰਦੇ ਆ, ਪ੍ਰੋਟੈਕਸ਼ਨ ਕਰਵਾ ਲਓ, ਆਹ ਕਰਵਾ ਲਓ। ਇੰਟੀਰੀਅਰ ਵੀ ਸੋਹਣਾ ਆ, ਕਲੀਨ। ਸੋ ਆਊਟਲੈਂਡਰ ਪਹਿਲਾਂ ਦੇਖੀ ਸੀ, ਮੈਨੂੰ ਤਾਂ ਉਹ ਪਸੰਦ ਸੀਗੀ, 7-seater ਆ, ਬੈਕ ਆ, ਇਹਦਾ ਪਿੱਛੇ ਵੀ ਵੈਂਟ ਆ, ਇਹ ਬਹੁਤ ਫਾਇਦਾ ਆ। ਗੱਡੀਆਂ ਬਹੁਤ ਦੇਖੀਆਂ ਸੀ, ਹੁੰਡਾਈ ਦੀ ਪਹਿਲਾਂ i30 ਅਸੀਂ ਕਿੰਨਾ ਟਾਈਮ ਰੱਖੀ ਸੀਗੀ, ਸੋ ਉਹ ਵੀ ਮੈਨੂੰ ਬਹੁਤ ਪਸੰਦ ਆਈ ਸੀਗੀ, ਪਰਸਨਲੀ ਬੜੀ ਵਧੀਆ ਲੱਗੀ ਸੀਗੀ, ਕੰਡੀਸ਼ਨ ਉਹਦੀ ਵੀ ਵਧੀਆ ਸੀਗੀ। ਮੀਨਸ ਕਿ ਇਹ ਕਾਰ ਇਦਾਂ ਜਿੱਦਾਂ ਮਤਲਬ ਕੈਸ਼ ਵੀ ਲੈਣੀ ਆ ਤੁਸੀਂ, ਫਾਈਨਾਂਸ ਵੀ ਕਰਾਉਣੀ ਆ, ਕਾਰ ਉਸੇ ਟਾਈਮ ਅਵੇਲੇਬਲ ਨਹੀਂ ਹੁੰਦੀ ਆ, ਥੋੜੇ ਟਾਈਮ ਬਾਅਦ ਉਹ ਦੱਸਦੇ ਆ, ਦਿੰਦੇ ਆ ਸਾਰਾ ਕਰਕੇ। ਸੋ ਇਹ ਰਹੀ ਇਹਦਾ ਡੈਸ਼ਬੋਰਡ। ਸੋ ਜਸਟ ਸਿੰਪਲੀ ਵੀਡੀਓ ਬਣਾ ਰਹੇ ਹਾਂ, ਕੁਝ ਜ਼ਿਆਦਾ ਨਹੀਂ ਕਰ ਰਿਹਾ ਹੈਗਾ, ਜਸਟ ਦਿਖਾਉਣੀ ਸੀਗੀ ਆਪਣੀ ਕਾਰ ਦੱਸਦੀ ਹੈ। ਪਹਿਲਾਂ ਵੀ ਆਟੋ ਸੀਗੀ, ਹਾਂਜੀ ਹਾਂਜੀ। ਸੋ ਵਧੀਆ ਆ, ਕਿਲੋਮੀਟਰਸ ਵੀ ਬਹੁਤ ਘੱਟ ਆ, ਬਹੁਤ ਜ਼ਿਆਦਾ ਘੱਟ ਆ, ਮੀਨਸ ਕਿ 100,000 ਵੀ ਨਹੀਂ ਹੋਏ ਹੈ ਜੀ। ਹਾਂਜੀ, ਸੋ ਗੁੱਡ ਕੰਡੀਸ਼ਨ 'ਚ ਵਧੀਆ ਮਿਲ ਗਈ ਆ, ਅਤੇ ਨੰਬਰ ਵਾਹਿਗੁਰੂ ਵੱਲੋਂ ਹੀ WMK ਮਿਲ ਗਿਆ, ਵਾਹਿਗੁਰੂ ਮੀਰ ਕਰੇ ਵਾਲਾ। ਅਤੇ ਵੈਸੇ ਸਾਨੂੰ ਇਹ ਵਾਲਾ ਵਧੀਆ ਲੱਗਦਾ, ਗ੍ਰੇ ਕਲਰ ਸੋਹਣਾ ਸੀਗਾ, ਵਾਈਟ ਵੀ ਸੋਹਣੀ ਲੱਗਦੀ ਆ, ਵਾਈਟ ਵੀ ਕੈਮਰੀ ਦੇਖੀ ਆ, ਕਾਫੀ ਸੋਹਣੀ ਆ। ਸਰੀ ਪੈਣੀ ਦਾ ਵੀ ਕਲਰ ਥੋੜਾ ਜਿਹਾ ਨੀਕੀ ਦਾ ਫਰਕ ਆ, ਥੋੜਾ ਜਿਹਾ ਸੇਮ ਹੀ ਹੁੰਦਾ, ਸੇਮ ਹੀ ਸੀਗਾ। ਹਾਂਜੀ, ਬਿਲਕੁਲ ਨਿਊ ਆ, ਬ੍ਰੈਂਡ ਨਿਊ ਆ।
तो फिर एक कार काफी दिनों तो दिखानी सी ਬਾਕੀ ਕਈਆਂ ਨੂੰ ਡਾਊਟ ਹੋਣਾ ਆ ਤੁਸੀਂ ਇੱਥੇ ਮਤਲਬ ਫਾਈਨਾਂਸ ਵੀ ਹੋ ਜਾਂਦਾ ਆ ਬਟ ਉੱਥੇ ਇੰਟਰਸਟ ਵਗੈਰਾ ਬਹੁਤ ਲੱਗਦਾ ਸ਼ਾਇਦ ਕਿੰਨੇ ਪਰਸੈਂਟ 10% ਹਾਂ 10% ਲੱਗ ਜਾਂਦਾ 10% ਲੱਗਦਾ ਆ ਹਾਂਜੀ ਫਿਰ ਕਾਰ ਦੇ ਪ੍ਰਾਈਸ ਦੇ ਹਿਸਾਬ ਦੇ ਨਾਲ ਹੁੰਦਾ ਆ ਫਿਰ ਪਹਿਲਾਂ ਅਸੀਂ ਪੁੱਛਿਆ ਸੀ ਫਿਰ ਅਸੀਂ ਕਿਹਾ ਕਿ ਕਾਤੇ ਹਨਾ ਮਤਲਬ ਇੰਸਟਾਲਮੈਂਟ ਵੀ ਦੇਣੇ ਆ ਫਿਰ ਅਸੀਂ ਉਹਨਾਂ ਨੂੰ ਪੂਰਾ ਕੈਸ਼ ਹੀ ਦੇ ਦਿੱਤਾ ਸੀਗਾ ਅਸੀਂ ਉਸੇ ਦਿਨ ਕੈਸ਼ ਨਾਲ ਲੈ ਕੇ ਗਏ ਸੀ ਬਟ ਉਹ ਕਹਿੰਦੇ ਸੀਗੇ ਕਿ ਨਹੀਂ ਫਿਰ ਵੀ ਤੁਹਾਨੂੰ ਕਾਰ ਲੈਂਦਿਆਂ 4-5 ਦਿਨ ਲੱਗ ਜਾਣੇ ਆ ਇਹ ਨਹੀਂ ਕਿ ਅੱਜ ਅਸੀਂ ਉਹਨਾਂ ਨੂੰ ਪੂਰਾ ਕੈਸ਼ ਦਿੱਤਾ ਉਹਨਾਂ ਨੂੰ ਦੇ ਦੇਣੀ ਕਹਿੰਦੇ ਇਦਾਂ ਨਹੀਂ ਹੈਗਾ ਚਾਹੇ ਤੁਸੀਂ ਅੱਜ ਪੇ ਵੀ ਕਰਦੇ ਆ ਬਟ ਫਿਰ ਵੀ ਸਾਨੂੰ ਉਹਨਾਂ ਨੇ ਉਹਦੀ ਮਤਲਬ ਫਾਈਨਲ ਇੰਸਪੈਕਸ਼ਨ ਵਗੈਰਾ ਕਰਨੀ ਹੁੰਦੀ ਆ ਟ੍ਰਾਂਸਫਰ ਸਾਡੇ ਨਾਮ ਤੇ ਜੋ ਗੱਡੀ ਉਹਨਾਂ ਨੇ ਦੇਣੀ ਆ ਉਹ ਵੀ ਪੈਸੇ ਇਨਕਲੂਡ ਹੁੰਦੇ ਆ ਟੈਂਕ ਫੁੱਲ ਹੁੰਦਾ ਪੂਰਾ ਤੇਲ ਦਾ ਵੀ ਫੁੱਲ ਸੀ ਹਾਂਜੀ ਤੇ ਇਸ ਕਰਕੇ 4-5 ਦਿਨ ਉਹ ਕਹਿੰਦੇ ਸੀ ਲੱਗ ਜਾਣੇ ਮਤਲਬ ਵੀਕ ਹੀ ਲੱਗ ਗਿਆ ਸੀਗਾ ਕਿਉਂਕਿ ਉਹ ਕੈਸ਼ ਐਕਸੈਪਟ ਨਹੀਂ ਕਰਦੇ ਸੀ ਫਿਰ ਉਹਨਾਂ ਨੂੰ ਟ੍ਰਾਂਸਫਰ ਕੀਤਾ ਸਾਰਾ ਉਹ ਸ਼ੋ ਹੋਣ ਲਈ ਉਹਨਾਂ ਦੇ ਅਕਾਊਂਟ 'ਚ ਜਾਣ ਲਈ ਟਾਈਮ ਲੱਗ ਗਿਆ ਫਿਰ ਅਸੀਂ ਕਿਹਾ ਕਿ ਸਾਡੇ ਤੋਂ ਤਾਂ ਪਹਿਲਾਂ ਹੀ ਨਹੀਂ ਕਾਰ ਹੈਗੀ ਵੀ ਸਾਨੂੰ ਔਖਾ ਹੋਰ ਹੋ ਜਾਣਾ ਆ ਫਿਰ ਉਹਨਾਂ ਨੇ ਸਾਨੂੰ ਆਪਣੀ ਉਦਾਂ ਕੋਈ ਲੋਨ ਕਾਰ ਦੇ ਦਿੱਤੀ ਸੀਗੀ ਮੀਨਸ ਕਿ ਜਦ ਤੱਕ ਸਾਨੂੰ ਉਹ ਇਹ ਨਹੀਂ ਦਿੰਦੇ ਅਸੀਂ ਉਹ ਯੂਜ਼ ਕਰ ਲਈ ਸੀ ਉਹ ਫ੍ਰੀ ਆਫ ਕਾਸਟ ਸੀ ਉਹਦੀ ਬਸ ਆਪਣਾ ਕਹਿੰਦੇ ਫਿਊਲ ਪਾਓ ਤੇ ਆਪਣੀ ਚਲਾਓ ਫਿਰ ਉਸ ਤੋਂ ਬਾਅਦ ਫਿਰ ਸਾਨੂੰ ਇਹ ਮਿਲ ਗਈ ਸੀ ਵੀਕ ਹੋ ਗਿਆ ਸਾਨੂੰ ਚਲਾਉਂਦੇ ਆ ਵੀਕ ਤੋਂ ਜ਼ਿਆਦਾ ਹੀ ਹੋ ਗਿਆ ਵੀਡੀਓ ਬਣਾਉਣੀ ਸੀਗੀ ਹੁਣ ਧੋਤੀ ਨਹੀਂ ਹੈਗੀ ਮੀਂਹ ਵਗੈਰਾ ਪਿਆ ਆ ਸਾਰੀ ਇਦਾਂ ਹੀ ਹੋਈ ਆ ਬਟ ਮੇਨ ਗੱਲ ਇਹ ਆ ਕਿ ਕੈਸ਼ ਤੇ ਗੱਡੀ ਕਈਆਂ ਦਾ ਹੁੰਦਾ ਕਿ ਕੈਸ਼ ਤੇ ਲਈਏ ਫਾਈਨਾਂਸ ਤੇ ਫਾਈਨਾਂਸ ਵਾਲੇ ਪੰਗੇ ਚ ਪੈਣ ਨਾਲੋਂ ਤਾਂ ਥੋੜਾ ਤੇਰ ਵੇਟ ਕਰਕੇ ਕੈਸ਼ ਲੈਣੀ ਵਧੀਆ ਰਹਿੰਦੀ ਹੈ ਕਿਉਂਕਿ ਉਹਦੇ ਤੇ ਵਿਆਜ ਬਹੁਤ ਲੱਗਦਾ ਇੰਟਰਸਟ ਕਾਫੀ ਲੱਗਦਾ ਆ ਸੋ ਜੇ 20,000 ਤੱਕ ਗੱਡੀ ਲੈਣੀ ਆ 20 ਤੋਂ ਅਬਵ ਵੀ ਜਾਂ 22-23,000 ਦੀ ਤਾਂ ਬੰਦਾ ਕੈਸ਼ ਹੀ ਲਵੇ ਜਿਹੜੀ ਆਊਟਲੈਂਡਰ ਸੀਗੀ ਲੈਣੀ ਉਹ ਥੋੜੀ ਜਿਹੀ ਕੋਸਟਲੀ ਸੀਗੀ ਇਹ ਥੋੜੀ ਜਿਹੀ ਉਹਦੇ ਨਾਲੋਂ ਥੋੜੀ ਸਸਤੀ ਸੀਗੀ ਮੀਨਸ ਕਿ ਇਹ ਕੈਸ਼ ਹੀ ਲਈ ਸੀਗੀ ਇਹਦੇ ਤੇ ਕੋਈ ਵੀ ਇਦਾਂ ਦਾ ਨਹੀਂ ਹੈਗਾ ਲੋਨ ਵਗੈਰਾ ਨਹੀਂ ਕਰਵਾਇਆ ਹੈਗਾ ਹਾਂ ਇੱਕ ਮੇਨ ਗੱਲ ਸਟੂਡੈਂਟ ਨੂੰ ਲੋਨ ਨਹੀਂ ਮਿਲਦਾ ਹੈਗਾ ਆ ਪੁੱਛਿਆ ਜ਼ਰੂਰ ਸੀਗਾ ਅਸੀਂ ਇੱਕ ਵਾਰੀ ਸਟੂਡੈਂਟ ਬਾਕੀ ਸ਼ਾਇਦ ਸਟੂਡੈਂਟ ਆਪਣੀ ਬੈਂਕ ਵਗੈਰਾ ਬੈਂਕ ਵਗੈਰਾ ਤੋਂ ਪਰਸਨਲ ਲੋਨ ਸਕਦੇ ਪੰਗੇ ਚ ਪੈਣਾ ਨਹੀਂ ਚਾਹੁੰਦੇ ਸੀ ਅਸੀਂ ਕਿਹਾ ਕਿ ਨਹੀਂ ਫਿਰ ਸੋ ਤਾਂ ਕਰਕੇ ਉਹ ਕਾਰ ਦਾ ਵੀ ਸੀਗਾ ਬਿਗ ਗਈ ਸੀਗੀ ਉਹਦੇ ਵੀ ਪ੍ਰਾਈਸ ਸੋਹਣਾ ਮਿਲ ਗਿਆ ਸੀਗਾ ਸੋ ਤਾਂ ਕਰਕੇ ਥੋੜਾ ਜਿਹਾ ਪਾ ਕੇ ਅਸੀਂ ਬ੍ਰੈਂਡ ਨੂੰ ਲੈ ਲਈ ਆ ਇਹਦੇ ਤੇ ਉਬਰ ਚਲਾ ਸਕਦੇ ਆ ਉਬਰ ਮਤਲਬ ਕਿ 2012 ਤੋਂ ਥੱਲੇ ਵਾਲੀ ਗੱਡੀ ਤੇ ਨਹੀਂ ਨਾ ਅਸੀਂ ਚਲਾ ਸਕਦੇ 10 ਇਅਰ ਓਲਡ ਹੋਣੀ ਚਾਹੀਦੀ ਹੈ ਗੱਡੀ ਉਹ ਜ਼ਿਆਦਾ ਨਹੀਂ ਓਲਡ ਹੋਣੀ ਚਾਹੀਦੀ ਹਜੇ ਤੇ ਸਾਡੀ 3 ਸਾਲ ਚੱਲਦੇ ਹਾਂ ਇਹਦੇ ਤੇ 4-4 ਸਾਲ ਚੱਲਦੇ ਹਾਂ 25 ਤੱਕ ਚੱਲ ਜਾਣੀ ਆ ਹਜੇ ਆ ਵੀ ਹੈ ਅਗਲਾ ਵੀ ਸੋ ਬਸ ਅੱਜ ਆਹੀ ਗੱਡੀ ਦੇ ਤੁਹਾਨੂੰ ਦਿਖਾਉਣਾ ਸੀਗਾ ਵਲੌਗ ਤੇ ਨੈਕਸਟ ਵੀ ਇੱਕ ਵੀਡੀਓ ਆਉਣੀ ਹੈ ਉਹ ਵੀ ਜਲਦੀ ਤੁਹਾਨੂੰ ਕਰ ਦਾਂਗੇ ਅਪਲੋਡ ਸੋ ਬਸ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਹਾਂਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਹੱਲੇ ਵੀ ਬਹੁਤ ਪਰਸਨ ਮਤਲਬ ਸ਼ੋਅ ਹੁੰਦੇ ਆ ਕਿ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਹਾਂ ਜਲਦੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ